ਇਸ ਟਾਈਮ ਬਠਿੰਡਾ ਦੇ ਚਿਲਡਰਨ ਪਾਰਕ 'ਚ ਮੌਜੂਦ ਹੈ, ਜਿੱਥੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਇੱਕ ਮੀਟਿੰਗ ਕੀਤੀ ਜਾ ਰਹੀ ਹੈ। ਕੀ ਇਸ ਮੀਟਿੰਗ ਦਾ ਕਾਰਨ? ਸਾਡੇ ਨਾਲ ਆਗੂ ਮੌਜੂਦ ਹੈ, ਕਰਦੇ ਉਹਨਾਂ ਨਾਲ ਗੱਲਬਾਤ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਬਾਈ ਜੀ। ਅੱਜ ਮੀਟਿੰਗ ਕੀਤੀ ਜਾ ਰਹੀ ਹੈ ਤੁਹਾਡੀ ਜਥੇਬੰਦੀ ਵੱਲੋਂ, ਕੀ ਕਾਰਨ ਹੈਗਾ? ਮੈਂ ਕਾਕਾ ਸਿੰਘ ਕੋਡਾ, ਸੂਬਾ ਜਨਰਲ ਸਕੱਤਰ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ। ਅੱਜ ਜਿਹੜੀ ਸਾਡੇ, ਮੈਂ ਥੋੜਾ ਜਿਹਾ ਇੰਨਾ ਪਿੱਛੇ ਜਾਣਾ ਚਾਹੁੰਦਾ ਕਿ 13 ਫਰਵਰੀ ਤੋਂ ਜਿਹੜਾ ਸਾਡਾ ਮੋਰਚਾ ਦੋਨੇ ਬਾਰਡਰਾਂ ਤੇ ਚੱਲ ਰਿਹਾ, ਰਤਨਪੁਰੇ ਚੱਲ ਰਿਹਾ, ਉਹਦੇ ਸੰਬੰਧ ਦੇ ਵਿੱਚ ਜਿਹੜੀ ਸਾਡੀ ਮੀਟਿੰਗਾਂ ਲਗਾਤਾਰ ਚੱਲ ਰਹੀਆਂ। ਪਿਛਲੇ ਜੇ ਮਹੀਨੇ ਅਸੀਂ 31 ਅਗਸਤ ਨੂੰ ਦੋਨੇ ਫੋਰਮਾਂ ਦਾ 200 ਦਿਨ ਪੂਰਾ ਮਨਾਇਆ, ਉਹਦੇ ਵਿੱਚ ਅਸੀਂ ਕੀ ਖੱਟਿਆ ਕੀ ਗਮਾਇਆ ਉਹਤੇ ਚਰਚਾ ਕੀਤੀ ਹੈ, ਤਾਂ ਉੱਥੋਂ ਤਾਂ ਅਗਲੇ ਪ੍ਰੋਗਰਾਮ ਐਲਾਨ ਕੀਤੇ ਨੇ। ਅਸੀਂ 15 ਤਰੀਕ ਨੂੰ ਜ਼ਿਲ੍ਹਾ ਜੀਂਦ ਦੇ ਵਿੱਚ ਬਹੁਤ ਵੱਡੀ ਕਿਸਾਨ ਪੰਚਾਇਤ ਕਰ ਰਹੇ, ਦੂਜੀ ਅਸੀਂ 22 ਤਰੀਕ ਨੂੰ ਜ਼ਿਲ੍ਹਾ ਅਮਾਲਾ ਦੇ ਵਿੱਚ ਬਹੁਤ ਵੱਡੀ ਕਿਸਾਨ ਪੰਚਾਇਤ ਕਰ ਰਹੇ, ਤੀਜੀ ਜਿਹੜੀ ਹਰਿਆਣੇ ਦੇ ਵਿੱਚ ਇਲੈਕਸ਼ਨ ਹੋ ਰਹੇ ਸਾਡੇ ਦੋਨੇ ਫੋਰਮਾਂ ਦੀ। ਇੱਕ ਅਸੀਂ ਉੱਥੇ ਕਨਵੈਨਸ਼ਨ ਵੱਡੀ ਮੀਟਿੰਗ ਪੂਰੇ ਭਾਰਤ ਲੈਵਲ ਦੀ ਹਰਿਆਣੇ ਦੇ ਵਿੱਚ ਕਰ ਰਹੇ ਹਾਂ। ਜੋ ਹਰਿਆਣੇ ਨੇ ਸਾਡੇ ਤੇ ਅਤਿਆਚਾਰ ਕੀਤਾ, ਜੋ ਸਾਡੇ ਟਰੈਕਟ ਭੰਨੇ, ਸਾਡੇ ਨੌਜਵਾਨ ਸ਼ਹੀਦ ਕੀਤੇ, ਸਾਡੇ ਨਿਗਾਹ ਚੱਲੀਆਂ ਗਈਆਂ, ਇਹ ਸਾਰੀਆਂ ਗੱਲਾਂ ਦੇ ਜਿਹੜੇ ਸਵਾਲ ਪੁੱਛਣ ਵਾਲੇ ਬਣਦੇ ਆ, ਇਹ ਤੇ ਅਸੀਂ ਚਰਚਾ ਕਰਕੇ ਉਹੋ ਜਿਹਾ ਥੱਲੇ ਕਮੇਟੀ ਨੂੰ ਪ੍ਰੋਗਰਾਮ ਦੇਵਾਂਗੇ। ਉਹਦੇ ਸੰਬੰਧ ਦੇ ਜਿਹੜਾ ਗਾਹਾਂ ਜਿਹੜਾ ਲਖੀਨਪੁਰ ਖੀਰੀ ਵਾਲੀ ਸਾਰੀ ਘਟਨਾ ਪਤਾ ਕਿ ਸਾਡੇ ਚੱਲਦੇ ਮੋਰਚੇ ਦੇ ਵੀ ਦਿੱਲੀ ਦੇ ਵਿੱਚ ਉਦੋਂ ਸਾਡੇ ਕਿਸਾਨ ਸ਼ਹੀਦ ਕੀਤੇ ਸੀ, ਇੱਕ ਸਾਡਾ ਪੱਤਰਕਾਰ ਵੀ ਭਾਈਚਾਰਕ ਉਹ ਵੀ ਸ਼ਹੀਦ ਹੋ ਗਿਆ ਸੀਗਾ। ਉਹ 3 ਅਕਤੂਬਰ ਦਾ ਜਿਹੜਾ ਦਿਨ ਆ ਰਿਹਾ ਤੇ ਸਾਡੇ ਦੋਨੇ ਫੋਰਮਾਂ ਦਾ ਪ੍ਰੋਗਰਾਮ ਹੈ ਕਿ ਆਪਣਾ 3 ਅਕਤੂਬਰ ਨੂੰ ਪੂਰੇ ਭਾਰਤ ਦੇ ਵਿੱਚ ਰੇਲਾਂ ਦਾ ਚੱਕਾ ਜਾਮ ਕਰਾਂਗੇ। ਤਾਂ ਉਹ ਜਿਹੜੀਆਂ ਸਾਡੀਆਂ 12 ਮੰਗਾਂ ਦੇ ਵਿੱਚ ਮੰਗ ਹੈਗੀ ਖੀਨ ਪੁਨਖੀਰੀ ਵਾਲੇ ਉਹਨਾਂ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣ ਵਾਸਤੇ, ਉਹਦੇ ਸੰਬੰਧ ਦੇ ਵਿੱਚ ਅਸੀਂ ਜ਼ਿਲ੍ਹਾ ਬਠਿੰਡਾ ਦੀ ਅੱਜ ਮੀਟਿੰਗ ਸੱਦੀ ਹੈ। ਮੀਟਿੰਗ ਸੱਦ ਕੇ ਜਿਹੜੀਆਂ ਪਿਛਲੀਆਂ ਪ੍ਰੋਗਰਾਮ ਇਹਨਾਂ ਨੇ ਲਾਗੂ ਕੀਤੇ, ਆਉਣ ਵਾਲੇ ਜਿਹੜੇ ਮੂਹਰੇ ਪ੍ਰੋਗਰਾਮ ਹੈ ਉਹਨਾਂ ਤੇ ਅਸੀਂ ਚਰਚਾ ਕਰਕੇ ਇਹਨਾਂ ਤੋਂ ਆਸ ਵੀ ਕਰਾਂਗੇ ਕਿ ਵੱਡੀ ਗਿਣਤੀ ਦੇ ਵਿੱਚ ਜਿਹੜੇ ਪ੍ਰੋਗਰਾਮ ਮੂਹਰੇ ਆਉਣ ਵਾਲੇ ਮੋਰਚੇ ਦੇ ਉਹਨੂੰ ਕਾਮਯਾਬ ਕਰਨਗੇ। ਦੂਜੀ ਜਿਹੜੀਆਂ ਹਾਈ ਕੋਰਟ ਦੇ ਵਿੱਚ, ਸੁਪਰੀਮ ਕੋਰਟ 'ਚ ਟਿੱਪਣੀਆਂ ਆ ਰਹੀਆਂ ਨੇ, ਬੜੀ ਚਰਚਾ ਦਾ ਵਿਸ਼ਾ ਬਣ ਰਿਹਾ, ਇਹਦੇ ਸੰਬੰਧ 'ਚ ਸਾਡੇ ਦੋਨੇ ਫੋਰਮਾਂ ਦੀ ਮੀਟਿੰਗ ਹੋ ਕੇ ਅਗਲਾ ਪ੍ਰੋਗਰਾਮ ਅਸੀਂ ਉਹ ਸਾਰੀ ਦੱਸਾਂਗੇ। ਪਰ ਇੱਕ ਗੱਲ ਮੈਂ ਕਲੀਅਰ ਕਰਦਾ ਕਿ ਅਸੀਂ ਕਦੇ ਵੀ ਦੋਨੇ ਫੋਰਮਾਂ ਦੇ ਆਗੂਆਂ ਨੇ ਅਸੀਂ ਕਦੇ ਵੀ ਮੰਗ ਨਹੀਂ ਕੀਤੀ ਕਿ ਕਿਸਾਨਾਂ ਦੇ ਮਸਲੇ 'ਤੇ ਕਮੇਟੀ ਬਣਾਈ ਜਾਵੇ। ਅਸੀਂ ਕਮੇਟੀ ਨਹੀਂ ਚਾਹੁੰਦੇ, ਅਸੀਂ ਚਾਹੁੰਦੇ ਹਾਂ ਮੰਗਾਂ ਦਾ ਹੱਲ, ਕਿ ਜਿਹੜੇ ਪਿਛਲੇ ਮੋਰਚੇ ਦੀਆਂ ਅਧੂਰੀਆਂ ਪਈਆਂ ਮੰਗਾਂ ਉਹਨੂੰ ਸਰਕਾਰ ਲਾਗੂ ਕਰੇ। ਅੱਜ ਤੀਜੀ ਵਾਰ ਬੀਜੇਪੀ ਦੀ ਸਰਕਾਰ ਬਣੀ ਹੈ, ਅੱਜ ਉਹਨਾਂ ਨੂੰ ਸਮਾਂ, 4 ਗੇੜ ਦੀਆਂ ਪਹਿਲਾਂ ਸਾਡੀਆਂ ਮੀਟਿੰਗਾਂ ਹੋਈਆਂ ਬੇਸ਼ਿਟ ਆ ਰਹੀਆਂ ਨੇ, ਹੁਣ ਜਿਹੜੀ ਅਗਲੀ ਮੀਟਿੰਗ ਸਰਕਾਰ ਪਹਿਲ ਕਰੇ, ਮੀਟਿੰਗ ਬੁਲਾ ਕੇ ਇਸ ਮਸਲੇ ਦਾ ਹੱਲ ਕੱਢੇ। ਜੇ ਹੱਲ ਅਗਰ ਨਹੀਂ ਕੱਢਦੀ ਫਿਰ ਸਾਡਾ ਇਹ ਹੈਗਾ ਜਿਹੜੀ ਰੋਡਾਂ ਦੀ ਗੱਲ ਆਉਂਦੀ ਹੈ, ਫਿਰ ਸਾਡਾ ਲਿਖਤੀ ਦਿੱਤਾ ਦੋਨਾਂ ਫੋਰਮਾਂ ਦਾ ਸਾਨੂੰ ਜੰਤਰ ਮੰਤਰ 'ਤੇ ਜਗ੍ਹਾ ਦਿੱਤੀ ਜਾਵੇ। ਜੰਤਰ ਮੰਤਰ ਨਹੀਂ, ਰਾਮਲੀਲਾ ਗਰਾਊਂਡ ਦਿੱਲੀ ਦੇ ਵਿੱਚ ਕਿਸਾਨਾਂ ਦੀ ਰਾਜਧਾਨੀ ਹੈ, ਕਿਸਾਨਾਂ ਨੂੰ ਆਪਦੀ ਮੰਗ ਰੱਖਣ ਦਾ ਹੱਕ ਹੈ ਤੇ ਆਪਦੀਆਂ ਮੰਗਾਂ ਮਨਾਉਣ ਲਈ ਸਾਨੂੰ ਉੱਥੇ ਜਗ੍ਹਾ ਦਿੱਤੀ ਜਾਵੇ। ਅਸੀਂ ਰਸਤੇ ਤਾਂ ਰੋਕੇ ਨਹੀਂ, ਰਸਤੇ ਹਰਿਆਣਾ ਸਰਕਾਰ ਨੇ ਰੋਕਿਆ, ਅੱਜ ਹਟਾ ਦੇਣ, ਅਸੀਂ ਉਹਦੀ ਮੀਟਿੰਗ ਕਰਕੇ ਦੋਨੇ ਫੋਰਮ ਅਗਲਾ ਪ੍ਰੋਗਰਾਮ ਤੈਅ ਕਰਾਂਗੇ ਸਾਡਾ ਦਿੱਲੀ ਜਾਣ ਤੇ। ਅੱਜ ਵੀ ਸਟੈਂਡ ਕਰਦੇ ਹਾਂ ਜਿਹੜੀਆਂ ਸਾਡੀਆਂ ਮੰਗਾਂ ਉਹ ਸਟੈਂਡ ਕਰਦੇ ਹਾਂ। ਜੇ ਉਹ ਮੰਗਾਂ ਦੇ ਵਿੱਚ ਕੋਈ ਵਾਧਾ ਹੋਇਆ ਤਾਂ ਉਹਦੀ ਜ਼ਿੰਮੇਵਾਰ ਕੇਂਦਰ ਤੇ ਹਰਿਆਣਾ ਸਰਕਾਰ ਹੈ, ਜੋ ਸਾਡੇ ਤੇ ਅਤਿਆਚਾਰ ਕਰਿਆ ਉਹ ਮੰਗਾਂ ਜੁੜੇ ਨੇ ਸਾਡੀਆਂ, ਤਾਂ ਅਸੀਂ 12 ਮੰਗਾਂ ਤੇ ਮੋਰਚਾ ਲਾਇਆ। ਇਹ ਹਰ ਹਾਲਤ ਜਿੱਤ ਤੱਕ, ਜਿੰਨਾ ਚਿਰ ਅਸੀਂ ਨੂੰ ਜਿੱਤਦੇ ਨਹੀਂ ਭਾਵੇਂ ਸਾਨੂੰ ਕਿੰਨੀ ਕੁਰਬਾਨੀ ਕਰਨੀ ਪਵੇ, ਉਹ ਅਸੀਂ ਅੱਜ ਜ਼ਿਲ੍ਹਾ ਬਠਿੰਡੇ ਦੇ ਜਿੰਨੇ ਵੀ ਵਰਕਰ ਆਗੂ ਆਏ ਆ ਇਹਨਾਂ ਨਾਲ ਚਰਚਾ ਕਰਕੇ ਇਹ ਜਾਣਕਾਰੀ ਦੇ ਕੇ ਅਗਲੇ ਪ੍ਰੋਗਰਾਮ ਦੀ ਇਹਨਾਂ ਤੋਂ ਆਸ ਕਰਾਂਗੇ, ਉਸ ਦਿਨ ਰਾਤ ਛੱਡ ਕੇ ਪ੍ਰੋਗਰਾਮ ਉਹ ਲਾਗੂ ਕਰਨਗੇ। ਪ੍ਰਧਾਨ ਜੀ, ਜੇ ਗੱਲ ਕਰੀਏ, ਤੁਸੀਂ ਸੈਂਟਰ ਸਰਕਾਰ ਦੀ ਗੱਲ ਕੀਤੀ ਹੈਗੀ ਆ, ਤੁਸੀਂ ਹਰਿਆਣਾ ਸਰਕਾਰ ਦੀ ਗੱਲ ਕੀਤੀ ਹੈ, ਪਰ ਸੈਂਟਰ ਸਰਕਾਰ ਕਹਿ ਰਹੀ ਹੈ ਅਸੀਂ ਕਿਸਾਨਾਂ ਦੀ ਮੰਗਾਂ ਵੱਲ ਪ੍ਰੋਪਰ ਧਿਆਨ ਦੇ ਰਹੇ ਹਾਂ, ਕੀ ਕਹਿਣਾ ਚਾਹੋਗੇ? ਮੰਗਾਂ ਜੇ ਉਹ ਹੱਲ ਕਰਨਾ ਚਾਹੁੰਦੀ ਹੈ
ਫਿਰ ਸਾਨੂੰ ਕੀ ਹੈ, ਅਸੀਂ ਨਾ ਕੋਈ ਸਰਕਾਰ ਡੇਗਣਾ ਚਾਹੁੰਦੇ ਹਾਂ, ਨਾ ਸਰਕਾਰ ਬਣਾਉਣਾ ਚਾਹੁੰਦੇ ਹਾਂ, ਅਸੀਂ ਤਾਂ ਆਪਦੀਆਂ ਮੰਗਾਂ ਦੇ ਮਸਲੇ ਹੱਲ ਕਰਵਾਉਣਾ ਚਾਹੁੰਦੇ ਹਾਂ। ਇਹ ਕੇਂਦਰ ਅੱਜ ਕਰਦੇ ਕੱਲ ਕਰਦੇ ਇਹ ਉਹਨਾਂ ਦੇ ਹੱਥ ਹੈ। ਠੀਕ ਹੈ, ਵਧੀਆ ਗੱਲ। ਪ੍ਰਧਾਨ ਜੀ, ਹਰਿਆਣਾ ਚ ਵਿਧਾਨ ਸਭਾ ਚੋਣਾਂ ਦਾ ਜਿਹੜਾ ਬਿਲਕੁਲ ਬਚ ਚੁੱਕਿਆ, ਕਿਵੇਂ ਦੇਖਦੇ ਹੋ ਇਸ ਨੂੰ, ਤੇ ਕਿਸਾਨ ਜਥੇਬੰਦੀਆਂ ਇਸ ਨੂੰ ਲੈ ਕੇ ਕੀ ਕਹਿਣਾ ਚਾਹੁੰਦੇ ਆ? ਦੇਖੋ, ਜਿਹੜਾ ਮੈਂ ਇਹੀ ਗੱਲ ਕਰ ਰਿਹਾ ਸੀਗਾ ਕਿ ਹਰਿਆਣੇ ਦੇ ਵਿੱਚ ਅਸੀਂ ਦੋ ਵੱਡੀਆਂ ਕਿਸਾਨ ਪੰਚਾਇਤਾਂ ਕਰ ਰਹੇ ਹਾਂ, 15 ਤੇ 22, ਤੀਜੀ ਅਸੀਂ ਸਾਡੇ ਦੋਨੇ ਫੋਰਮਾਂ ਦੀ ਮੀਟਿੰਗ ਹਰਿਆਣੇ ਦੇ ਵਿੱਚ ਕਰ ਰਹੇ ਹਾਂ, ਕਨਵੈਨਸ਼ਨ ਕਰਾਂਗੇ, ਇੱਕ ਬਦਮੀ ਪੂਰੇ ਆਲ ਇੰਡੀਆ ਲੈਵਲ ਦੀ ਮੀਟਿੰਗ ਕਰਾਂਗੇ ਦੋਨੇ ਫੋਰਮਾਂ ਦੀ, ਕਿ ਜਿਹੜੇ ਸਾਡੇ ਤੇ ਉਹਨਾਂ ਨੇ ਅਤਿਆਚਾਰ ਕੀਤਾ ਉਹਦੇ ਸਵਾਲ ਕੀ ਬਣਦੇ ਆ, ਸਵਾਲ ਪੁੱਛਣੇ ਕੀ ਬਣਦੇ ਨੇ, ਕਰਨੇ ਕੀ ਬਣਦੇ, ਇਹ ਤੇ ਚਰਚਾ ਕਰਕੇ ਮੀਟਿੰਗ ਕਰਕੇ ਉਹ ਹਰਿਆਣੇ ਦੇ ਵਿੱਚ ਪੂਰੀ ਸਰਗਰਮੀ ਦੇ ਨਾਲ ਥੱਲੇ ਵਰਕਰਾਂ ਤੇ ਅਸੀਂ ਇਹ ਮੰਗਾਂ ਲਿਜਾਵਾਂਗੇ ਕਿ ਕਿੰਨਾ ਬੀਜੇਪੀ ਨੇ ਸਾਡੇ ਤੇ ਲਾਭ ਕੀਤਾ। ਪੂਰੀ ਸਰਗਰਮੀ ਨਾਲ ਸਵਾਲ ਜਿਵੇਂ ਅਸੀਂ ਪੂਰੇ ਭਾਰਤ ਦੇ ਵਿੱਚ ਪਾਰਲੀਮੈਂਟ ਬੈਠਾਏ ਆ, ਹਰਿਆਣੇ ਚ ਵੀ ਇਹ ਉਠਾਵਾਂਗੇ। ਜਿਵੇਂ ਰੈਲੀਆਂ ਹੋਣਗੀਆਂ ਉੱਥੇ ਲੀਡਰ ਆਣਗੇ, ਉੱਥੇ ਤੁਸੀਂ ਇਹ ਮੁੱਦੇ ਉਠਾਓਗੇ? ਹਾਂ, ਅਸੀਂ ਮੀਟਿੰਗ ਤੇ ਵੀ ਕਰਾਂਗੇ, ਮੀਟਿੰਗ ਚ ਪਹਿਲਾਂ ਵਿਚਾਰ ਕੇ ਉੱਥੇ ਐਲਾਨ ਕਰਾਂਗੇ। ਕਾਨਫਰੰਸ ਦਾ ਮਤਲਬ ਹੁੰਦਾ ਜਿਹੜੇ ਪੂਰੇ ਇਕੱਠ ਹੋ ਕੇ ਜਿਹੜੀਆਂ ਅਗਲੀਆਂ ਮੰਗਾਂ ਜਿਹੜੀਆਂ ਹਰਿਆਣੇ ਨਾਲ ਸੰਬੰਧਤ ਆ, ਪੂਰੇ ਭਾਰਤ ਨਾਲ ਸੰਬੰਧਤ ਆ, ਉਹ ਸਾਡੇ ਸਾਰੇ ਸਟੇਟਾਂ ਦੇ ਜਿਹੜੇ ਆਗੂ ਹੋਣਗੇ। ਜਿਵੇਂ ਅਸੀਂ 1 ਤਰੀਕ ਨੂੰ, ਕੱਲ ਅਸੀਂ ਯੂਪੀ ਦੇ ਵਿੱਚ ਕਰਕੇ ਆਏ ਆ, ਬਹੁਤ ਵੱਡੀ ਕਿਸਾਨ ਰੈਲੀ, ਉੱਥੇ ਵੀ ਮੰਗਾਂ ਸਾਰੀਆਂ ਰੱਖੀਆਂ, ਇੱਥੇ ਹਰਿਆਣੇ ਚ ਵੀ ਰੱਖਾਂਗੇ ਜ਼ੋਰ ਨਾਲ। ਪ੍ਰਧਾਨ ਜੀ, ਕਿਹੜੀ ਪਾਰਟੀ ਆ ਜਿਹੜੀ ਕਿਸਾਨਾਂ ਦਾ ਜਿਹੜਾ ਭਲਾ ਕਰ ਸਕਦੀ ਆ, ਕੀ ਕਹਿਣਾ ਚਾਹੋਗੇ? ਕਿ ਦੇਸ਼ ਨੂੰ ਹੁਣ ਤਾਂ ਲਗਭਗ 80 ਸਾਲ ਨੇੜੇ, 80 ਸਾਲ ਦੇਸ਼ ਯਾਦ ਨੂੰ, 80 ਸਾਲਾਂ ਦੇ ਵਿੱਚ ਵੀ ਕਿਸਾਨ ਜਿਹੜਾ ਅੰਨਦਾਤਾ, ਜਿਹੜਾ ਲੋਕਾਂ ਨੂੰ ਭੁੱਖਮਰੀ ਤੋਂ ਬਚਾਉਣ ਵਾਲਾ, ਅੱਜ ਵੀ ਸੜਕਾਂ ਤੇ ਬੈਠਾ। 80 ਸਾਲਾਂ ਦੇ ਵਿੱਚ ਕੋਈ ਨੀਤੀ ਨਹੀਂ ਬਣ ਰਹੀ, ਸਟੇਟਾਂ ਦੀਆਂ ਸਰਕਾਰਾਂ ਕਿੰਨੀਆਂ ਬਦਲੀਆਂ, ਸਾਰੀਆਂ ਨਹੀਂ ਬਦਲੀਆਂ। ਅਸੀਂ ਕਿਹੜੇ ਨੂੰ ਚੰਗਾ, ਕਿਹੜੇ ਨੂੰ ਮਾੜਾ ਕਹੀ, ਇਹ ਤਾਂ ਲੋਕਾਂ ਨੂੰ ਇਹ ਲੱਗਦਾ ਹੁੰਦਾ ਕਿ ਉਹਨਾਂ ਦੀ ਇੱਕ ਤਾਹਾਂ ਤੋਂ ਵਾਰਡ ਲੈਵਲ ਦੀ ਇੱਕ ਸੋਚ ਹੈ ਕਿ ਜਦੋਂ ਆਹ ਬੰਦਾ ਬਦਲਦਾ ਉਹਨੂੰ ਬਦਲ ਕੇ ਦੂਜਾ ਚਿਹਰਾ ਮੂਹਰੇ ਕਰ ਦਿੰਦਾ। ਅਸਲ ਦੇ ਵਿੱਚ ਜਿੰਨਾ ਚਿਰ ਜਿਹਨੂੰ ਅਸੀਂ ਪੱਕੀ ਸਰਕਾਰ ਕਹਿੰਦੇ, ਪੱਕੀ ਜਿਹੜੀ ਕਾਨੂੰਨ ਬਣਦੀ ਹੈ, ਉਹ ਜੇ ਕਾਨੂੰਨ ਤਬਦੀਲੀ ਕਰੇ ਫਿਰ ਹੀ ਲੋਕਾਂ ਨੂੰ ਫਾਇਦਾ ਨਾ। ਭਾਵੇਂ ਅੱਜ ਸਟੇਟ ਦਾ ਆਪਣਾ ਭਗਵੰਤ ਮਾਨ ਦੀ ਗੱਲ ਲਾ ਲਓ, ਭਾਵੇਂ ਨਰਿੰਦਰ ਮੋਦੀ ਦੀ, ਪਹਿਲਾਂ ਲੋਕ ਬੜੇ ਅੱਕੇ ਪਏ ਸੀ ਕਿ ਯਾਰ ਕਾਂਗਰਸ ਜਿੰਨਾ ਚਿਰ ਭਾਰਤ ਚੋਂ ਨਹੀਂ ਹਟਦੀ ਭਾਰਤ ਦਾ ਨਹੀਂ ਸੁਧਰਦਾ। ਅੱਜ 15-20 ਸਾਲ ਚ ਬੀਜੇਪੀ ਆ ਗਈ, ਜਿੰਨਾ ਕੁਛ ਅਤਿਆਚਾਰ ਕਾਂਗਰਸ ਨੇ ਕੀਤਾ ਉਦੋਂ ਜ਼ਿਆਦਾ ਲੋਕ ਔਖੇ ਅੱਜ ਬੀਜੇਪੀ ਤੋਂ ਗਏ। ਪਰ ਇਹ ਬਦਲਾਅ ਦੇ ਨਾਲ ਲੋਕਾਂ ਦਾ ਕੁਛ ਹੋਣ ਵਾਲਾ ਨਹੀਂ, ਲੋਕ ਤਾਂ ਆਪਦੀਆਂ ਮੰਗਾਂ ਵੱਲ ਧਿਆਨ ਦੇ ਕੇ ਮਨਾਉਣ ਵਾਲੇ ਪਾਸੇ, ਹਾਂ ਸਰਕਾਰ ਕਿਸੇ ਦੀ ਰਹੇ। ਤੁਹਾਡੇ ਕਹਿਣ ਦਾ ਮੀਨਸ ਇਹ ਹੈਗਾ, ਜਿੰਨੇ ਤੱਕ ਪ੍ਰੋਪਰ ਕਿਸਾਨਾਂ ਦੇ ਮਸਲੇ ਸਰਕਾਰਾਂ ਜਿਵੇਂ ਹੱਲ ਨਹੀਂ ਕਰਦੀਆਂ, ਉਨੇ ਤੱਕ ਤੁਹਾਡੇ ਜਿਹੜੇ ਸੰਘਰਸ਼ ਜਾਰੀ ਰਹਿਣਗੇ? ਦੇਖੋ, ਸੰਘਰਸ਼ ਅਸੀਂ ਉਹ 12 ਮੰਗਾਂ ਨੂੰ ਲੈ ਕੇ ਲਾਇਆ, ਉਹ ਰਹੂਗਾ। ਸਰਕਾਰ ਅੱਜ ਮੰਨ ਲੇ, ਕੱਲ ਮੰਨ ਲੇ, 7 ਮਹੀਨੇ ਹੋ ਗਏ ਨਾ 7 ਮਹੀਨੇ ਮੰਨੇ, ਇਹ ਉਹਤੇ ਨਿਰਭਰ ਹੈ, ਕਿਉਂਕਿ ਜ਼ਿੰਮੇਵਾਰੀ ਉਹਨਾਂ ਦਾ ਫਰਜ਼ ਬਣਦਾ ਹੈ। ਜੇ ਨਹੀਂ ਉਹ ਕਰਨਗੇ ਫਿਰ ਅਸੀਂ ਤਾਂ ਮਨ ਬਣਾ ਕੇ ਚੱਲੇ ਆ। ਅਸੀਂ 6 ਮਹੀਨੇ ਦਾ ਰਾਸ਼ਨ ਕਿਹਾ ਸੀ, ਅੱਜ ਫੇਰ ਸੱਦਾ ਦਿੱਤਾ ਕਿਸਾਨਾਂ ਨੂੰ ਕਿ 6 ਮਹੀਨੇ ਤੋਂ 7 ਮਹੀਨੇ ਹੋ ਗਏ, ਜਿਹੜਾ ਰਾਸ਼ਨ ਦੀ ਜਿਹੜੀ ਘਾਟ ਆ ਫੇਰ ਟਰੈ ਟਰਾਲੀਆਂ ਭੇਜੋ। ਕੱਲ ਬਥੇਰੇ ਲੈ ਕੇ ਗਏ ਨੇ ਲੋਕ, ਕਣਕ ਵੀ, ਆਟਾ ਵੀ, ਸਾਰੀਆਂ ਦਾਲ, ਇਹ ਪਿੱਛੋਂ ਘਾਟ ਨਹੀਂ ਰਹੂਗੀ, ਇਹ ਨਿਰਭਰ ਸਰਕਾਰ ਤੇ ਆ ਕਿਦੋਂ ਸਾਡੀਆਂ ਮੰਗਾਂ ਮੰਨਦੇ ਆ, ਮੰਗ ਮਨਾਉਣ ਤੱਕ ਸਾਡਾ ਮੋਰਚਾ ਜਾਰੀ ਰਹੂ। ਬਿਲਕੁਲ ਜੀ ਬਿਲਕੁਲ, ਇਹ ਸੀ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਆਗੂ, ਜਿਨ੍ਹਾਂ ਨੇ ਕਿਹਾ ਕਿ ਜਿੰਨੇ ਤੱਕ ਸੈਂਟਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਵੱਲ ਜਿਹੜਾ ਪ੍ਰੋਪਰ ਧਿਆਨ ਨਹੀਂ ਦਿੰਦੀ, ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨਦੀ, ਉਹਨੇ ਤੱਕ ਜਿਹੜੇ ਸਾਡੇ ਸੰਘਰਸ਼ ਜਾਰੀ ਰਹਿਣਗੇ। ਕੈਮਰਾਮੈਨ ਸੂਜਲ ਦੇ ਨਾਲ ਮਨੋਜ ਚਰਖੀਵਾਲ, ਦੈਨਿਕ ਸਵੇਰਾ ਟੀਵੀ, ਬਠਿੰਡਾ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਨੇ ਕੇ ਲੀਏ ਫਾਲੋ ਕਰੇ ਦੈਨਿਕ ਸਵੇਰਾ ਟੀਵੀ, ਯੂਟਿਊਬ, ਫੇਸਬੁੱਕ, ਇੰਸਟਾਗ੍ਰਾਮ, ਐਕਸ ਔਰ ਵਟਸਐਪ ਚੈਨਲ ਪਰ।